ਤੇ ਮੇਰੇ ਹੁਸੈਨ ਫਰਮਾਉਂਦੇ ਨੇ ਪੁੱਤਰ ਅਲੀ ਅਕਬਰ ਜੀ ਬਾਬਾ ਫਰਮਾਇਆ ਕਰਬਲਾ ਦੇ ਟੀਲੇ ਤੇ ਚੜ੍ਹ ਕੇ ਜ਼ਿੰਦਗੀ ਦੀ ਆਖਰੀ ਅਜ਼ਾਨ ਪੜ, ਤੁਹਾਡੀ ਮੁਹੱਬਤ ਹੋਵੇ ਤੇ ਆਖਰੀ ਅਜ਼ਾਨ ਅਲੀ ਅਕਬਰ ਦੀ ਸੁਣਾਵਾਂ। ਫਿਰ ਇੱਕ ਵਾਰੀ ਬੋਲੋ ਸੁਭਾਨ ਅੱਲਾ ਤੰਗ ਨਾ ਪੈ ਜੇ ਆ ਜੇ। ਫਿਰ ਬੋਲੋ ਸੁਭਾਨ ਅੱਲਾ ਅਸ਼ਹਦੁ ਅੱਲਾ ਇਲਾਹ ਇਲਾਹ। ਵਾਹ ਹੁਸੈਨ, ਕੀ ਸਮਾਂ ਬਣਿਆ ਹੋਵੇਗਾ ਜਦੋਂ ਤੂੰ ਕਰਬਲਾ ਚ ਅਜ਼ਾਨ ਪੜਦਾ ਹੋਵੇਗਾ। ਅਗਲਾ ਲਫ਼ਜ਼ ਸੁਣਿਆ, ਫਿਰ ਬੋਲੋ ਇੱਕ ਵਾਰੀ ਸਾਰੇ ਸੁਭਾਨ ਅੱਲਾ ਅਸ਼ਹਦੁ ਅੰਨ ਮੁਹੰਮਦਰ ਹਾਂ।